गैंगस्टर मुंडे खत्म करने की गल करते हैं, कुड़ियां भी बन गया हो जा गंदा सिस्टम है। क्यों दिते है रोल नंबर, इतने टाइम क्यों लिखा सा 9 बजे का? कुछ समय पहला पंजाब सरकार वालों सब इंस्पैक्टर की भर्ती की असामियां कड़िया गई सी, जिसके चलते ही लिखती पेपर के सेंटर जोड़े ने पंजाब के वक् वक् ਜ਼ਿਲ੍ਹਿਆਂ ਵਿੱਚ ਲਿਖਤੀ ਸੈਂਟਰ ਜਿਹੜੇ ਨੇ ਉਹ ਸਾਰੇ ਬੱਚਿਆਂ ਨੂੰ ਅਲੋਟ ਕੀਤੇ ਗਏ ਸੀ। ਅਤੇ ਇਸ ਦੇ ਸੰਬੰਧੀ ਹੀ ਇੱਕ ਜਿਹੜਾ ਮਾਮਲਾ ਸਾਡੇ ਸਾਹਮਣੇ ਆਉਂਦਾ ਹੈ, ਕੱਲ੍ਹ ਜੋ ਕਿ ਰੱਖੜੀ ਦਾ ਤਿਉਹਾਰ ਵੀ ਸੀ ਅਤੇ ਇਸ ਦੇ ਨਾਲ ਮੀਂਹ ਵੀ ਪੈ ਰਿਹਾ ਸੀ, ਅਤੇ ਇਸ ਦੇ ਚੱਲਦੇ ਹੀ ਇੱਕ ਨੌਜਵਾਨ ਲੜਕੀ ਜਿਹੜੀ ਹੈ ਮੀਂਹ ਪੈਣ ਕਰਕੇ ਲੇਟ ਹੋ ਜਾਂਦੀ ਹੈ ਪੇਪਰ ਦੇਣ 'ਤੇ, ਅਤੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਉਹ ਮੀਂਹ ਪੈਣ ਕਰਕੇ ਲੇਟ ਹੋ ਜਾਂਦੀ ਹੈ। ਅਤੇ ਇਸ ਮੌਕੇ 'ਤੇ ਉਸ ਲੜਕੀ ਵੱਲੋਂ ਉੱਥੇ ਕਾਫੀ ਹੰਗਾਮਾ ਕੀਤਾ ਗਿਆ ਅਤੇ ਹੋਰ ਉੱਥੇ ਕੀ ਹੋਇਆ ਤੁਸੀਂ ਆਪ ਸੁਣੋ। ਮਹਿਕਮੇ ਨਾਲ ਗੱਲ ਕਰ ਹੀ ਸਕਦਾ, ਐਡੀ ਕੀ ਗੱਲ ਹੈ? ਜਿਹੜਾ ਕੋਈ ਹੋਰ ਪੇਪਰ ਆਪਾਂ ਜੋ ਸਬ ਇੰਸਪੈਕਟਰ ਦਾ ਪੇਪਰ ਹੈ। ਬੇਰੁਜ਼ਗਾਰੀ ਖਤਮ ਕਰਨਗੇ, ਫਿਰ ਕਹਿੰਦੇ ਸਾਡੇ ਬੇਰੁਜ਼ਗਾਰੀ ਖਤਮ ਨਹੀਂ ਹੁੰਦੀ, ਗੈਂਗਸਟਰ ਬਣਦੇ ਆ, ਆ ਗੈਂਗਸਟਰ ਬਣ ਗਏ, ਗੈਂਗਸਟਰ ਮੁੰਡੇ ਖਤਮ ਕਰਨ ਦੀ ਗੱਲ ਕਰਦੇ ਆ, ਕੁੜੀਆਂ ਵੀ ਬਣ ਗਿਆ ਹੋ ਜਾ ਗੰਦਾ ਸਿਸਟਮ ਹੈ। ਸਾਨੂੰ ਪੌਣੇ ਘੰਟੇ ਤੋਂ ਖੜਾ ਰੱਖਿਆ, 9 ਵਜੇ ਦਾ ਟਾਈਮਿੰਗ ਹੈ, ਸਾਨੂੰ ਸੀਨੀਅਰ ਆਫਿਸਰ ਲਿਖ ਕੇ ਦੇਵੇ ਵੀ ਸਾਡਾ ਟਾਈਮ 8 ਵਜੇ ਦਾ। ਇਹ ਕਿਉਂ ਦਿੱਤੇ ਆ ਰੋਲ ਨੰਬਰ, ਇੱਥੇ ਟਾਈਮ ਕਿਉਂ ਲਿਖਿਆ ਸਾ 9 ਵਜੇ ਦਾ? ਸਾਨੂੰ ਸਾਡੇ 8 ਵਜੇ ਐਂਟਰੀ ਨਹੀਂ ਕਰਨ ਦਿੱਤੀ, ਗੰਦ ਸਿਸਟਮ ਹੈ ਗੰਦ। ਸਾਡੀ 4-4 ਸਾਲ ਦੀ ਮਿਹਨਤ ਬਰਬਾਦ ਕਰਦੇ ਤੁਸੀਂ, ਬਾਹਰ ਦੇਖੋ ਰੋਣ ਤੇ ਬਾਹਰ ਆ ਕੇ ਦੇਖੋ ਨਾ ਸਿੰਘ, ਬਾਹਰ ਆ ਕੇ ਦੇਖੋ ਤੁਸੀਂ, ਸਾਡੇ ਚੈੱਕ ਵੀ ਜਾਣਾ ਸੁੱਖਾ ਜਾਂਦੇ ਤਾਂ ਕਹਿ ਦੇ ਤੁਸੀਂ ਦਰਵਾਜ਼ਾ ਖੋਲੋ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਜ਼।